ਅੱਜ ਜਿਹੜਾ ਪਿਛਲੇ ਲੰਘੀ 5 ਤਰੀਕ ਦੀ ਰਾਤ ਨੂੰ ਇੱਥੇ ਸ਼ਹਿਰ ਦੇ ਵਿੱਚ ਕੁਛ ਬਾਹਰੋਂ ਮੁੰਡਿਆਂ ਨੇ ਆ ਕੇ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਅਤੇ ਇੱਥੇ ਹੁਲੜਬਾਜ਼ੀ ਕੀਤੀ ਸੀ। ਉਹਦੇ ਵਿੱਚ ਜਿਹੜਾ ਇੱਕ ਸ਼ਿਵਚਰਨ ਗੋਪਾਲ ਇੱਥੋਂ ਮੰਡੀ ਦਾ, ਉਹਦੇ ਸੱਟ ਫੇਰ ਮਾਰੀ ਅਤੇ ਨਾਲ ਹੀ ਉਹਨਾਂ ਦੇ ਇੱਕ ਬਿਰਜਲਾਲ ਸੀ, ਉਹਦੇ ਜਿਹੜਾ ਇੱਕ ਉਹਨਾਂ ਨੇ ਫਾਇਰ ਮਾਰਿਆ ਅਤੇ ਉਹ ਇੰਜਰਡ ਹੋਏ, ਜ਼ਖਮੀ। ਉਹਨਾਂ ਨੇ ਬਿਆਨ ਲਿਖ ਕੇ ਸ਼ਿਵਚਰਨ ਦਾ ਅਸੀਂ ਜਿਹੜਾ ਪਰਚਾ ਦਰਜ ਕੀਤਾ ਸੀ। ਉਸ ਉਹਨਾਂ ਦੇ ਵਿੱਚ ਕੁੱਲ ਕਰੀਬ 11 ਬੰਦੇ ਜਿਹੜੇ ਨੇ ਉਹ ਨਾਮਜ਼ਦ ਹੋਏ ਸੀ ਅਤੇ ਜਿਨ੍ਹਾਂ ਦੇ ਵਿੱਚੋਂ ਅਸੀਂ 5 ਵਿਅਕਤੀ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਅਤੇ ਉਹਨਾਂ ਦੇ ਕੋਲੋਂ ਇੱਕ 315 ਬੋਰ ਦਾ ਦੇਸੀ ਪਿਸਤੌਲ, ਇੱਕ ਜਿੰਦਾ ਕਾਰਤੂਸ, ਇੱਕ ਖੋਲ ਕਾਰਤੂਸ, ਇਹਨਾਂ ਕੋਲ ਕਾਪੇ ਕਿਰਪਾਨਾਂ ਅਤੇ ਇਹਨਾਂ ਜਿਹੜੇ ਮਾਰੂ ਹਥਿਆਰ ਸੀ ਉਹ ਬਰਾਮਦ ਕਰਾਏ ਅਤੇ ਇਹਨਾਂ ਦੇ ਸਾਥੀ ਜਿਹੜੇ ਹੋਰ ਅਜੇ 6 ਜਿਹੜੇ ਸਾਡੇ ਕੋਲ ਨਾਮਜ਼ਦ ਹੋਏ ਆ ਉਹ ਗ੍ਰਿਫਤਾਰ ਕਰਨ ਵਾਲੇ ਰਹਿੰਦੇ ਆ ਅਤੇ ਬੜੀ ਛੇਤੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਤੇ ਉਹਨਾਂ ਦੇ ਕੋਲੋਂ ਵੀ ਜਿਹੜੇ ਬਾਕੀ ਹਥਿਆਰ ਨੇ ਉਹ ਸਾਰੇ ਬਰਾਮਦ ਕਰਾਏ ਜਾਣਗੇ। ਇਹ ਜਿਹੜੀ ਇਸ ਤਰ੍ਹਾਂ ਦੀ ਹੁੱਲੜਬਾਜ਼ੀ ਇਹਨਾਂ ਨੇ ਕੀਤੀ ਸੀ ਉਹਦੇ ਨਾਲ ਇਹਨੂੰ ਫੜਨ ਦੇ ਨਾਲ ਸਾਨੂੰ ਕਾਫੀ ਇੱਥੇ ਮੰਡੀ ਦੇ ਵਿੱਚ ਰਾਹਤ ਹੈਗੀ ਹੈ, ਕਿਉਂਕਿ ਆਮ ਲੋਕ ਇਸ ਗੱਲ ਨੂੰ ਪਸੰਦ ਨਹੀਂ ਕਰਦੇ। ਅੱਛੇ ਸ਼ਹਿਰੀ ਜਿਹੜੀ ਉਹ ਸ਼ਾਂਤੀ ਚਾਹੁੰਦੇ ਆ, ਇਹ ਇਹਨਾਂ ਨੇ ਉਹਨੂੰ ਆ ਕੇ ਹੁੱਲੜਬਾਜ਼ੀ ਕਰਕੇ ਅਤੇ ਇਹ ਹਾਦਸਾ ਜਿਹੜਾ ਇਹਨੂੰ ਅੰਜਾਮ ਦਿੱਤਾ ਸੀ। ਉਹਦੇ ਵਿੱਚ ਬੰਦੇ ਇੰਜਰਡ ਹੋਏ ਸੀ, ਸ਼ਿਵਚਰਨ ਦੇ ਵੀ ਸੱਟ ਲੱਗੀ, ਗੋਪਾਲ ਜਿਹੜਾ ਇਹ ਹੈਗਾ ਬਿਰਜਲਾਲ ਇਹਦੇ ਫਾਇਰ ਲੱਗਿਆ, ਇਸ ਤੋਂ ਇਲਾਵਾ ਹੋਰ ਵੀ ਬੰਦੇ ਇੰਜਰਡ ਸੀ, ਉਹਨਾਂ ਦੀਆਂ ਵੱਖਰੀਆਂ ਕਰਮੀਆਂ ਹੋਈਆਂ। ਬਟ ਜਿਹੜੀ ਝਗੜਾ ਹੋਇਆ ਉਹ ਮਾਮੂਲੀ ਗੱਲ ਨੂੰ ਲੈ ਕੇ, ਮੋਟਰਸਾਈਕਲ ਦਾ ਟਾਇਰ ਜਿਹੜਾ ਸੀ ਉਹਨਾਂ ਦੇ ਪੈਰ 'ਤੇ ਚੜ ਗਿਆ, ਉੱਥੋਂ ਇਹਨਾਂ ਦੀ ਕਸਮ ਕਸ ਹੋ ਕੇ ਅਤੇ ਇਹ ਆਪਸ 'ਚ ਖਹਿਬਾਜ਼ੀ ਨਾਲ ਨੇ ਬੰਦੇ ਇਕੱਠੇ ਕਰਕੇ ਬਾਹਰੋਂ ਸੱਟਾਂ ਮਰਵਾਈਆਂ। ਨਹੀਂ, ਬਿਆਨ ਲਿਖ ਕੇ ਕਾਰਵਾਈਆਂ ਕੀਤੀਆਂ ਤਾਂ ਹੀ ਤਾਂ ਬੰਦੇ ਅਰੈਸਟ ਕੀਤੇ ਆ। ਜੇ ਕੋਈ ਕਾਰਵਾਈ ਹੋਈ ਹੈ ਤਾਂ ਹੀ ਗ੍ਰਿਫਤਾਰੀਆਂ ਹੋਈਆਂ, ਤਾਂ ਹੀ ਬੰਦਿਆਂ ਦਾ ਪਤਾ ਲੱਗਾ, ਉਹਨਾਂ ਦਾ ਸਾਨੂੰ ਬੰਦੇ ਪਤਾ ਲੱਗੇ ਨੇ, ਉਹਨਾਂ ਨੇ ਸਾਨੂੰ ਬੰਦੇ ਨਾਮਜ਼ਦ ਕਰਾਏ ਨੇ। ਉਹ ਰਿਕਾਰਡ ਦੇਖਦੇ ਹਾਂ, ਕਈਆਂ ਦੇ ਖਿਲਾਫ਼ ਮੁਕੱਦਮੇ ਦਰਜ ਹੋਣਗੇ ਵੀ, ਪਰ ਅਜੇ ਉਹ ਜਿਹੜਾ ਰਿਕਾਰਡ ਥਾਣੇ ਤੋਂ ਪਤਾ ਲੱਗ ਜੂਗਾ ਤਫ਼ਤੀਸ਼ ਦੌਰਾਨ ਕਿ ਇਹਨਾਂ ਨੇ ਕਿਹਦੇ ਕਿਹਦੇ ਖਿਲਾਫ਼ ਕਿੰਨੇ ਕਿੰਨੇ ਮੁਕੱਦਮੇ ਦਰਜ ਨੇ। ਉਹ ਤੁਹਾਨੂੰ ਦੱਸਤਾ ਵੀ 11 ਟੋਟਲ ਬੰਦੇ ਸੀਗੇ ਅਤੇ 5 ਇਹਨਾਂ 'ਚ ਅਰੈਸਟ ਕਰ ਲਏ।